ਪੱਥਰਾਂ ਕਿਸੇ ਸਾਧਨ ਤੋਂ ਨਹੀਂ ਬਲਕਿ ਪੱਥਰਾਂ ਤੋਂ ਆ ਰਹੀਆਂ ਨੇ। ਇਹ ਹੈ ਬੰਬੇਸ਼ਵਰ ਪਹਾੜ ਦੀ ਬ੍ਰਹਮ ਚਟਾਨ, ਜਿਸ ਦੇ ਪੱਥਰ ਟਕਰਾਉਣ ਨਾਲ ਸੰਗੀਤ ਦੀ ਸੁਰੀਲੀ ਆਵਾਜ਼ ਪੈਦਾ ਹੁੰਦੀ ਹੈ। ਜਿਸ ਨੇ ਵੀ ਸੰਗੀਤ ਦੀ ਇਹ ਛਣਕਾਰ ਸੁਣੀ ਉਹ ਬੰਬੇਸ਼ਵਰ ਦੇ ਇਹਨਾਂ ਬੇਜਾਨ ਪੱਥਰਾਂ ਦਾ ਮੁਰੀਦ ਹੋ ਗਿਆ। ਜਦੋਂ ਤੁਸੀਂ ਕੁਦਰਤ ਦੇ ਇਸ ਕ੍ਰਿਸ਼ਮੇ ਨੂੰ ਦੇਖੋਗੇ ਤਾਂ ਕਹੋਗੇ ਪੱਥਰਾਂ ਨੇ ਗੀਤ ਗਾਇਆ। ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ 'ਚ ਇੱਕ ਸ਼ਾਨਦਾਰ ਪਹਾੜ ਹੈ ਜਿਸ ਦਾ ਨਾਂ ਹੈ ਬੰਬੇਸ਼ਵਰ ਪਹਾੜ, ਜਿਸ ਦੀ ਗੁਫਾ ਦੇ ਅੰਦਰ ਭਗਵਾਨ ਸ਼ਿਵ ਦਾ ਪ੍ਰਾਚੀਨ ਮੰਦਰ ਹੈ। ਕਿਹਾ ਜਾਂਦਾ ਹੈ ਕਿ ਇਸ ਪਹਾੜ 'ਤੇ ਮਹਾਂਰਿਸ਼ੀ ਬਾਮਦੇਵ ਦਾ ਇੱਕ ਆਸ਼ਰਮ ਸੀ। ਇਸ ਪਹਾੜ ਦੀਆਂ ਚਟਾਨਾਂ ਵਿੱਚ ਕੁਦਰਤ ਦਾ ਅਜਿਹਾ ਵਰਦਾਨ ਹੈ ਜੋ ਲੋਕਾਂ ਨੂੰ ਹੈਰਾਨ ਕਰ ਦਿੰਦਾ ਹੈ। ਕਈ ਵਾਰ ਪੱਥਰਾਂ ਦੇ ਟਕਰਾਉਣ ਕਾਰਨ ਚਟਾਨਾਂ ਵਿੱਚੋਂ ਨਿਕਲੀ ਆਵਾਜ਼ ਸੁਣ ਕੇ ਅਜਿਹਾ ਲੱਗਦਾ ਹੈ ਜਿਵੇਂ ਮੰਦਰ ਵਿੱਚ ਘੰਟੀਆਂ ਅਤੇ ਘੜਿਆਲ ਵੱਜ ਰਹੇ ਹੋਣ। ਹਰ ਚਟਾਨ ਤੋਂ ਵੱਖਰੇ ਵੱਖਰੇ ਸੁਰ ਨਿਕਲਦੇ ਨੇ। ਸੱਚਮੁੱਚ ਇਹ ਜਾਦੂ ਜਿਹਾ ਲੱਗਦਾ। ਬਤਾਤੇ ਹੈ ਭਗਵਾਨ ਰਾਮ ਜਬ ਆਏ ਤੋ ਉਸਮੇ ਕੁਛ ਸਾਧੂ ਸੰਤ ਵਗੈਰਾ ਸੀ ਜੋ ਸਾਫ ਸੇ ਕੁਛ ਹੋ ਗਏ ਥੇ, ਉਨਕੇ ਚਰਨ ਪੜੇ ਉਸਕੋ ਬਜਨੇ ਲਗੇ ਤੋ ਕੁੰਕੁਨੀਆ ਪੱਥਰ ਕੇ ਨਾਮ ਸੇ ਪ੍ਰਸਿੱਧ ਹੋ ਗਏ। ਹਮਨੇ ਬਜਾ ਕੇ ਦੇਖਾ ਬਹੁਤ ਸੁੰਦਰ ਮਈ ਧੁਨੀ ਨਿਕਲ ਰਹੀ ਥੀ। ਅਬ ਤੋ ਹਮ ਤੋ ਯਹੀ ਮਾਨੇ ਕਿ ਭਗਵਾਨ ਕਾ ਹੀ ਪ੍ਰਤਾਪ ਹੈ, ਭਗਵਾਨ ਕੀ ਵਜ੍ਹਾ ਸੇ ਹੀ ਇਹ ਸਭ ਕੁਛ ਹੋ ਰਹਾ ਹੈ। ਜੋ ਹਰ ਵਿਅਕਤੀ ਅਤੇ ਹਰ ਕਣ ਵਿੱਚ ਵਸਦੇ ਨੇ ਉਹੀ ਨੇ ਰਾਮ। ਜਦੋਂ ਪੱਥਰ ਵੀ ਗਾਉਣ ਲੱਗ ਜਾਣ ਤਾਂ ਰਾਮ ਦੇ ਗੁਣ ਗਾਉਣੇ ਲਾਜ਼ਮੀ ਨੇ। ਸ਼ਾਇਦ ਇਸੇ ਲਈ ਬਾਂਦਾ ਦੇ ਲੋਕ ਵੀ ਇਹਨਾਂ ਚਟਾਨਾਂ ਰਾਹੀਂ ਰਾਮ ਦੀ ਮਹਿਮਾ ਦੇ ਗੁਣ ਗਾਉਂਦੇ ਨੇ। ਮੂਰਤੀ ਹੋਈ ਹੈ, ਇਹ ਨਿਕਲੀ ਹੋਈ ਹੈ, ਇਹ ਬਣਾਈ ਹੋਈ ਨਹੀਂ ਹੈ, ਇਸ ਲਈ ਯਹਾਂ ਕਾ ਬਹੁਤ ਜ਼ਿਆਦਾ ਮਹੱਤਵ ਦਿਆ ਗਿਆ। ਜਿਸ ਪ੍ਰਕਾਰ ਚਿਤਰਕੂਟ ਧਾਮ ਕਾ ਮਹੱਤਵ ਹੈ, ਉਸੀ ਪ੍ਰਕਾਰ ਇਹ ਬਾਮਦੇਵ ਮਹਾ ਸਥਲ ਮਾਨਾ ਗਿਆ ਹੈ। ਯਹਾਂ ਕੇ ਹਰ ਇੱਕ ਬੱਚਾ ਜਾਣਤਾ ਹੈ ਕਿ ਇਸ ਪੱਥਰ ਮੇਂ ਆਵਾਜ਼ ਆਤੀ ਹੈ, ਇਹ ਪ੍ਰਕਿਤੀ ਕੀ ਦੇਣ ਹੈ, ਇਸਮੇਂ ਆਪਣੇ ਸੇ ਸਵਯਮ ਕਿਸੀ ਨੇ ਕੁਛ ਉਸਮੇਂ ਮਨਗੜੰਤ ਕਹਾਣੀ ਨਹੀਂ ਬਣਾਈ ਗਈ। ਭਾਵੇਂ ਹੀ ਇਸ ਚਮਤਕਾਰ ਨੇ ਬਹੁਤ ਸਾਰੀਆਂ ਕਹਾਣੀਆਂ ਨੂੰ ਆਪਣੇ ਵਿੱਚ ਸਮੋਇਆ ਹੋਇਆ, ਪਰ ਵਿਗਿਆਨੀ ਵਿਗਿਆਨ ਦੀਆਂ ਤਰਕਾਂ ਨਾਲ ਹੀ ਹਰ ਛੋਟੀ ਅਤੇ ਵੱਡੀ ਘਟਨਾ ਨੂੰ ਪਰਖਦੇ ਨੇ। ਪੰਡਿਤ ਜੈਨ ਕਾਲਜ ਦੇ ਭੂਗੋਲ ਵਿਭਾਗ ਦੇ ਪ੍ਰਧਾਨ ਡਾਕਟਰ ਪ੍ਰਤਿਊਸ਼ ਮਿਸ਼ਰਾ ਨੇ ਦੱਸਿਆ ਕਿ ਬੰਬੇਸ਼ਵਰ ਦੇ ਪੱਥਰ ਸੁਰੀਲੇ ਕਿਉਂ ਨੇ। ਸ਼ਿਲਾ ਜਾਂ ਚੱਟਾਨ ਆਪਕੀ ਅੰਦਰ ਸੇ ਕੁਛ ਐਸਾ ਹੋਗਾ ਕਿ ਉਸਮੇਂ ਕੁਛ ਪੋਲਾ ਪੋਲੈਟੀ ਆ ਗਈ ਹੋਗੀ ਜਾਂ ਕੋਈ ਵੀ ਆਪਕੇ ਜੋ ਮਿਸ਼ਰਣ ਹੈ ਵੋ ਉਨਮੇਂ ਸੰਕੁਚਨ ਹੁਆ ਹੋਗਾ ਜਿਸਸੇ ਵਹਾਂ ਪਰ ਗੈਪ ਹੋ ਗਿਆ ਹੋਗਾ। ਸਬਸੇ ਬੈਟਰ ਤੋ ਯੇ ਹੋਗਾ ਕਿ ਲੇਜ਼ਰ ਟੈਕਨੀਕਸ ਜਾਂ ਅਨਯ ਜੋ ਸਾਇੰਟਿਫਿਕ ਆਪਕੇ ਉਪਕਰਣ ਵਗੈਰਾ ਹੈ ਆਪ ਉਨਸੇ ਉਸਕੋ ਚੈੱਕ ਕਰੇ, ਜਸਟੀਫਾਈ ਕਰੇ ਔਰ ਵੋ ਕਲੀਅਰ ਬਤਾ ਸਕਤੇ ਹੈ ਕਿ ਆਖਿਰਕਾਰ ਯੇ ਗੈਪ ਕਿਤਨੀ ਏਰੀਆ ਮੇਂ ਹੈ। ਵਿਗਿਆਨ ਨਾਲ ਭਾਵਨਾ ਦੇ ਦਵੈਤ ਦੀ ਰਚਨਾ ਵੀ ਇਸ ਕੁਦਰਤ ਨੇ ਹੀ ਕੀਤੀ ਹੈ। ਉਸ ਦੀ ਹਰ ਰਚਨਾ ਹੈਰਾਨੀਜਨਕ ਅਤੇ ਕਲਪਨਾ ਤੋਂ ਪਰੇ ਹੈ। ਬੰਬੇਸ਼ਵਰ ਪਹਾੜ ਦੀਆਂ ਚਟਾਨਾਂ ਅਜਿਹੀਆਂ ਅਕਲਪਨਿਕ ਰਚਨਾਵਾਂ ਵਿੱਚੋਂ ਇੱਕ ਨੇ। ਵਿਗਿਆਨੀਆਂ ਨੂੰ ਗਾਉਣ ਵਾਲੇ ਪੱਥਰਾਂ ਦਾ ਅੰਤਿਮ ਕਾਰਨ ਨਹੀਂ ਲੱਭਿਆ, ਇਸ ਲਈ ਫਿਲਹਾਲ ਵਿਸ਼ਵਾਸ ਦਾ ਪਲੜਾ ਭਾਰੀ ਹੈ। ਬਿਊਰੋ ਰਿਪੋਰਟ, ETV ਭਾਰਤ। To watch 24/7 News Live, download ETV Bharat app.